ਤਿਆਰੀ ਜਿਵੇਂ ਪੰਜਾਬ, ਹਰਿਆਣਾ, ਉੱਤਰ ਭਾਰਤ ਦੇ ਸੂਬੇ ਆ, ਸਾਰਿਆਂ ਵਿੱਚ ਜਿਹੜੀ ਤਿਆਰੀ ਆ ਉਹ ਪੂਰੇ ਜ਼ੋਰ ਨਾਲ ਕੀਤੀ ਜਾ ਰਹੀ ਆ। ਔਰ ਕੱਲ ਵੱਡੇ ਇਕੱਠ ਲੱਖਾਂ ਦੇ ਰੂਪ ਵਿੱਚ ਹੋਣਗੇ, ਤਾਂ ਅਸੀਂ ਤੁਹਾਡੇ ਮਾਧਿਅਮ ਨਾਲ ਪੁਆਧ ਦੇ ਸਾਰੇ ਕਿਸਾਨਾਂ, ਮਜ਼ਦੂਰਾਂ, ਮਾਤਾਵਾਂ, ਭੈਣਾਂ, ਜੁਝਾਰੂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਸਾਰੇ ਦੇ ਸਾਰੇ ਕੱਲ ਆਪਣਾ ਇੱਕ ਦਿਨ ਦਾ ਵੱਡਾ ਪ੍ਰੋਗਰਾਮ ਆ, ਸਮਾਂ ਕੱਢ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਬਾਰਡਰਾਂ ਤੇ, ਸ਼ੰਭੂ, ਖਨੌਰੀ ਤੇ ਹੋਰਨਾਂ ਬਾਰਡਰਾਂ ਤੇ ਪਹੁੰਚਿਆ ਜਾਣਾ ਚਾਹੀਦਾ। ਸੋ ਵੱਡੀਆਂ ਤਿਆਰੀਆਂ ਵਾ, ਤੋ ਸਾਰੇ ਤੁਹਾਡੇ ਮਾਧਿਅਮ ਨਾਲ ਸਾਰੀ ਪ੍ਰੈਸ ਨੂੰ ਵੀ ਬੇਨਤੀ ਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਜਿਹੜੀ ਆ ਉਹ ਬਾਰਡਰਾਂ ਤੇ ਪਹੁੰਚੇ। ਹਾਂ, ਜਿਹੜੀ NIA ਦੀ ਛਾਪੇਮਾਰੀ ਆ, ਇਹ ਮੈਨੂੰ ਲੱਗਦਾ ਮੋਦੀ ਸਰਕਾਰ ਦੀ ਹਤਾਸ਼ਾ ਵਾ, ਔਰ ਮੋਦੀ ਸਰਕਾਰ ਦੇ ਖਿਲਾਫ ਇਹ ਅੰਦੋਲਨ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਵਾ। ਤੇ ਉਹ ਜਿਹੜਾ ਵਾ ਕਿਸਾਨ ਆਗੂਆਂ ਨੂੰ ਡਰਾਉਣ ਵਾਸਤੇ, ਠੀਕ ਹੈ ਜੀ, ਪਹਿਲਾਂ ਵੀ ਤੁਹਾਨੂੰ ਪਤਾ ਵਾ ਸਾਨੂੰ ਬਦਨਾਮ ਕਰ ਲਈ, ਖਾਲਿਸਤਾਨ ਦਾ ਟੈਕ ਲਾਇਆ ਗਿਆ, ਹੋਰ ਟੈਕ ਲਾਏ ਗਏ, ਹੁਣ ਉਹਨਾਂ ਦੇ ਯਤਨ ਹੈਗੇ ਆ ਵੀ ਉਹ ਸਾਨੂੰ ਡਰਾ ਲੈਣਗੇ, ਧਮਕਾ ਲੈਣਗੇ, ਕਦੀ ਨਹੀਂ ਹੋ ਸਕਦਾ। ਦੋਵੇਂ ਫੋਰਮ ਇਸ ਘਟਨਾ ਦੀ ਨਿੰਦਿਆ ਕਰਦੇ ਆ, ਔਰ ਆਉਣ ਵਾਲੇ ਸਮੇਂ 'ਚ ਮੀਟਿੰਗ ਕਰਕੇ ਮੋੜਵਾਂ ਜਵਾਬ ਵੀ ਦੇਵਾਂਗੇ ਉਹਨਾਂ ਨੂੰ। ਤੋ ਇਸ ਕਰਕੇ ਇਹ ਮੋਰਚਾ ਉਦੋਂ ਤੱਕ ਲੜਾਂਗੇ ਜਦੋਂ ਤੱਕ ਮੋਰਚੇ ਦੀਆਂ ਮੰਗਾਂ ਸਹੀ ਢੰਗ ਨਾਲ ਪੂਰੀਆਂ ਨਹੀਂ ਹੋ ਜਾਂਦੀਆਂ। ਇਸ ਕਰਕੇ ਇਹ NIA ਤੋਂ, ਕੇਂਦਰ ਦੀਆਂ ਏਜੰਸੀਆਂ ਤੋਂ ਡਰਨ ਵਾਲੇ ਨਹੀਂ ਹੈਗੇ, ਨਾ ਸਾਨੂੰ ਕਿਸੇ ਕਿਸਮ ਦਾ ਡਰ ਆ। ਸੋ ਅਸੀਂ ਮੋਦੀ ਸਰਕਾਰ ਦੇ ਖਿਲਾਫ ਅੰਦੋਲਨ ਕਰ ਰਹੇ ਹਾਂ, ਸਾਨੂੰ ਅੰਦੋਲਨ ਕਰਨ ਦੀ ਪੀਸਫੁਲੀ ਸਜ਼ਾ ਦਿੱਤੀ ਜਾ ਰਹੀ ਆ, ਔਰ ਸਾਨੂੰ ਬਦਨਾਮ ਕਰਨ ਦਾ ਇੱਕ ਨਵਾਂ ਹੱਥਕੰਡਾ ਕੱਢਿਆ ਜਾ ਰਿਹਾ। ਮੈਂ ਨਾ ਸੁਣਾ ਕੇ ਛੱਡਾਂਗੇ, ਇਹ ਜਦੋਂ ਸਰਕਾਰ ਸੁਣੂਗੀ ਔਰ ਜਦੋਂ ਮੰਗਾਂ ਮੰਨੂਗੀ ਉਦੋਂ ਹੀ ਹਟਾਂਗੇ। ਨਹੀਂ ਦੇਖੋ, ਸਹੂਲਤਾਂ ਤਾਂ ਹੁਣ ਬਿਜਲੀ ਦੀ ਸਮੱਸਿਆ ਵੀ ਹੈਗੀ ਆ ਇੱਥੇ, ਹੁਣ ਦਵਾਈ ਬੂਟੀ ਦੀ ਵੀ ਇਸ ਵੇਲੇ ਐਂਬੂਲੈਂਸ ਆਉਂਦੀ ਉਹ ਵੀ ਬੰਦ ਕਰ ਲਿਆ। ਕੋਈ ਨੀ, ਪੰਜਾਬ ਸਰਕਾਰ ਬਾਰੇ ਵੀ ਸੋਚਾਂਗੇ ਵੀ ਕਿਵੇਂ ਮੋਰਚੇ ਸੁੱਖ ਸਹੂਲਤਾਂ ਲੈਣੀਆਂ ਉਹਨਾਂ ਕੋਲ। ਲੱਖਾਂ ਦੇ ਵਿੱਚ ਇਕੱਠ ਹੁੰਦੀ ਹੈ, ਬਹੁਤ ਵੱਡਾ ਇਕੱਠ ਹੋਊਗਾ, ਸਾਨੂੰ ਪੂਰੀ ਉਮੀਦ ਹੈਗੀ ਆ। ਕੱਲ ਦੀ ਬਹੁਤ ਜ਼ਬਰਦਸਤ ਤਿਆਰੀ ਹੈ ਜੀ, 200 ਦਿਨ ਦੇ ਉੱਤੇ ਤੁਸੀਂ ਦੇਖੋਗੇ ਬਈ ਇੱਥੇ ਤਿਲ ਸਿੱਟਣ ਨੂੰ ਥਾਂ ਨਹੀਂ ਰਹਿਣੀ। ਸਾਰੀਆਂ ਜਥੇਬੰਦੀਆਂ ਨੇ ਬਹੁਤ ਡਟ ਕੇ ਤਿਆਰੀ ਕੀਤੀ ਹੈ, ਅਸੀਂ ਸਾਰੀ ਅੱਜ ਮੀਟਿੰਗ ਕਰਕੇ ਪ੍ਰਬੰਧਾਂ ਦਾ, ਟ੍ਰੈਫਿਕ ਦਾ ਸਾਰਾ ਇੰਤਜ਼ਾਮ ਅੱਜ ਕੀਤਾ ਤਾਂ ਕਿ ਲੋਕ ਆਸਾਨੀ ਨਾਲ ਅੱਗੇ ਆ ਸਕਣ, ਜਾਮ ਨਾ ਲੱਗੇ। 13 ਫਰਵਰੀ ਤੋਂ ਆਪਾਂ ਇੱਥੇ ਬੈਠੇ ਹੈਗੇ, ਕੋਈ ਸਰਕਾਰਾਂ ਕਿਉਂ ਨਹੀਂ ਗੱਲ ਸੁਣਦੀਆਂ? ਸਰਕਾਰਾਂ ਗੱਲ ਨਹੀਂ ਸੁਣਦੀਆਂ ਉਹ, ਕਿਉਂਕਿ ਸਰਕਾਰਾਂ ਕਾਰਪੋਰੇਟਾਂ ਦੇ ਪੱਖ 'ਚ ਖੜੀਆਂ ਨੇ, ਲੋਕਾਂ ਦੇ ਪੱਖ 'ਚ ਨਹੀਂ ਖੜੀਆਂ। ਝੂਠ ਮਾਰਦੀਆਂ ਕਿ ਅਸੀਂ ਲੋਕਾਂ ਦੀਆਂ ਸਰਕਾਰਾਂ। ਪੰਜਾਬ ਸਰਕਾਰ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ? ਪੰਜਾਬ ਸਰਕਾਰ ਤਾਂ ਵਾਹ ਨਹੀਂ ਮਰੋੜ ਕੇ ਕਰਾ ਲੈਂਦੇ ਹਾਂ ਜੀ ਪ੍ਰਬੰਧ, ਜਿੰਨੇ ਕੁ ਕਰਾਏ ਜਾਂਦੇ ਆ, ਕੋਈ ਜ਼ਿਆਦਾ ਐਂ ਤਾਂ ਹੈ ਨਹੀਂ ਵੀ ਬਹੁਤ ਪ੍ਰਬੰਧ ਕੀਤੇ ਨੇ। ਪਿੱਛੇ ਜੇ ਬਿਜਲੀ ਪਿੱਛੇ ਸਾਨੂੰ ਧਰਨਾ ਲਾਉਣਾ ਪਿਆ ਸੀਗਾ, ਲੱਗਦਾ ਇੱਕ ਅੱਧੀ ਵਾਰੀ ਹੋਰ ਲਾਉਣਾ ਪੈਣਾ। NI ਦੀ ਰੇਟ ਤਾਂ ਇਹ ਹੈ ਕਿ ਕਿਸਾਨ ਅੰਦੋਲਨ ਆ ਜਿਹੜਾ ਉਹ ਵੱਧ ਰਿਹਾ, ਜਿਹੜੀ ਭਾਰਤ ਦੀ ਸਿਆਸਤ ਆ ਉਹਦੇ ਕੇਂਦਰ ਦੇ ਵਿੱਚ ਚੱਲ ਰਿਹਾ ਇਸ ਵੇਲੇ ਨਰੇਟਿਵ ਦੇ ਵਿੱਚ। ਦੂਜੀ ਗੱਲ ਇਹ ਹੈ ਕਿ BJP ਦੇ ਖਿਲਾਫ ਵਰਤਾਂਤ ਬਹੁਤ ਚੱਲ ਰਿਹਾ, ਜਿਵੇਂ ਕੰਗਣਾ ਰਣੌਤ ਵਾਲਾ ਮਾਮਲਾ ਹੋ ਗਿਆ, ਜਿਵੇਂ ਇਲੈਕਸ਼ਨਾਂ ਦੇ ਵਿੱਚ 400 ਪਾਰ ਵਾਲੀ ਗੱਲ ਟੁੱਟੀ ਆ, ਤਾਂ ਹੁਣ ਮੂਹਰੇ ਇਲੈਕਸ਼ਨ ਆ ਗਈ ਆ ਹਰਿਆਣੇ ਦੀ, ਬਿਲਕੁਲ ਉਹ ਕਲੀਅਰ ਵੀ ਹੋ ਗਿਆ ਕਿ 1 ਅਕਤੂਬਰ ਨੂੰ ਹੋਣੀ ਹੋਈ ਆ,
ਤਾਂ ਸ਼ਾਇਦ ਇਹ ਉਸ ਨਰੇਟਿਵ ਨੂੰ ਬਦਲਣਾ ਚਾਹੁੰਦੇ ਆ, ਉਸ ਵਰਤਾਂਤ ਨੂੰ ਬਦਲਣ ਵਾਸਤੇ, ਔਰ ਸ਼ਾਇਦ ਵਹਿਮ ਕਰਦੇ ਹੋਣਗੇ ਕਿ ਕਿਸਾਨ ਆਗੂਆਂ ਨੂੰ ਇਸ ਤਰ੍ਹਾਂ ਡਰਾਇਆ ਧਮਕਾਇਆ ਜਾ ਸਕਦਾ। ਤਾਂ ਮੈਂ ਸਾਫ਼ ਕਰਦਿਆਂ ਕਿ ਕੁਛ ਮਰਜ਼ੀ ਕਰ ਲੈਣ, ਜਿਹੜਾ ਮਰਜ਼ੀ ਜੀ ਕਰਦਾ ਕੇਸ ਪਾਉਣ ਅੰਦਰ ਕਰਨ, ਜਿਹਨੂੰ ਮਰਜ਼ੀ ਕਰ ਦੇਣ, ਅੰਦੋਲਨ ਸਾਡਾ ਚੱਲੂਗਾ ਔਰ ਜਿੱਤ ਤੱਕ ਚੱਲੂਗਾ। ਕਿੰਨੇ ਘੰਟੇ ਚੱਲੀ ਉੱਥੇ? ਉਹ ਸਵੇਰੇ ਕਰੀਬ 5:30 ਦੇ ਕਰੀਬ ਆਏ ਆ ਤੇ 11:30 ਗਏ ਆ। ਹਾਂ, ਮੈਂ ਮੋਰਚੇ ਤੇ ਸੀ, ਪਰ ਜਿਉਂ ਹੀ ਪਤਾ ਲੱਗਿਆ ਇਲਾਕੇ ਦੇ ਵਿੱਚ ਤਾਂ ਕਾਫੀ ਲੋਕ ਆਸੇ ਪਾਸਿਓ, ਜਥੇਬੰਦੀਆਂ ਵਾਲੇ, ਆਮ ਲੋਕ, ਮੋਹਤਵਰ ਸਾਡੇ ਪਿੰਡ ਦੇ ਉੱਥੋਂ ਦੇ ਬਹੁਤ ਲੋਕ ਉੱਥੇ ਇਕੱਠੇ ਹੋ ਗਏ ਤੇ ਉਹਨਾਂ ਨੇ ਬਿਲਕੁਲ ਵਾਰਨਿੰਗ ਦਿੱਤੀ, ਅਸੀਂ ਕੋਈ ਅਰੈਸਟ ਨਹੀਂ ਹੋਣ ਦੇਣੀ। ਔਰ ਖਾਲੀ ਹੱਥ ਗਈ ਆ, ਪੁਲਿਸ ਕਹਿ ਕੇ ਵੀ ਇਹ ਗਈ ਆ ਵੀ ਸਾਨੂੰ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਇਹ ਫਿਰ ਇੰਨਾ ਪਰੇਸ਼ਾਨ ਕਿਉਂ ਕਰੇ? ਪੰਜਾਬ ਸਰਕਾਰ ਵੀ ਜਿਹੜੀ ਹੈਗੀ ਆ ਉਹ ਵੀ ਨਹੀਂ, ਸਰਕਾਰ ਸੁਣਦੀ, ਕੇਂਦਰ ਵੀ ਨਹੀਂ ਸੁਣਦੀ ਹੈਗੀ, ਕਿਸਾਨਾਂ ਦਾ ਕੀ ਧਿਆਨ ਦੇ ਰਹੇ ਆ? ਪੰਜਾਬ ਸਰਕਾਰ ਦੇ ਰੀੜ ਦੀ ਹੱਡੀ ਨਹੀਂ ਹੈਗੀ ਜੀ, ਨਹੀਂ ਫਿਰ ਸੈਂਟਰ ਦੀਆਂ ਏਜੰਸੀਆਂ ਦੀ ਤਾਂ ਕੀ ਮਜਾਲ ਆ ਵੀ ਇੱਥੇ ਆ ਕੇ ਰੇਡਾਂ ਕਰਨ। ਇਹ ਜਿਵੇਂ ਸੈਂਟਰ ਗਵਰਨਮੈਂਟ ਕਹਿੰਦੀ ਉਵੇਂ ਕਰਨਾ ਸ਼ੁਰੂ ਕਰ ਦਿੰਦੇ ਆ। ਜਿਹੜੇ ਇਲਾਕਾ ਹੈਗਾ, ਇਲਾਕੇ ਦੇ ਲੋਕ ਵੀ ਹੈਗੇ, ਕਾਫੀ ਜਿਹੜਾ ਪੰਜਾਬ ਦਾ ਕਾਰੋਬਾਰ ਹੈਗਾ ਇਹ ਵੀ ਕਾਫੀ ਪ੍ਰਭਾਵਿਤ ਹੋਇਆ ਹੈਗਾ, ਕਾਫੀ ਠੱਪ ਹੋ ਗਿਆ ਆਉਣ ਜਾਣ ਦਾ, ਲੋਕਾਂ ਨੂੰ ਰਸਤਿਆਂ ਵੀ ਬੜੀ ਪਰੇਸ਼ਾਨੀ ਆ, ਕੀ ਕਹਿਣਾ? ਸਾਨੂੰ ਵੀ ਪਰੇਸ਼ਾਨੀ ਹੈ ਜੀ, ਅਸੀਂ ਲੋਕਾਂ ਚੋਂ ਹੀ ਆ, ਅਸੀਂ ਬਿਲਕੁਲ ਨਹੀਂ ਚਾਹੁੰਦੇ ਵੀ ਅਸੀਂ ਸੜਕ ਤੇ ਬੈਠੀਏ, ਇੱਥੇ ਬਹਿਣਾ ਕੋਈ ਸੌਖਾ ਨਹੀਂ ਹੈ। ਹਰਿਆਣੇ ਦਾ ਮੁੱਖ ਮੰਤਰੀ ਬਹਿ ਕੇ ਦੇਖ ਲਵੇ, ਪ੍ਰਧਾਨ ਮੰਤਰੀ ਬਹਿ ਕੇ ਦੇਖ ਲਏ, ਪੰਜਾਬ ਵਾਲਾ ਭਗਵੰਤ ਮਾਨ ਬਹਿ ਕੇ ਦੇਖ ਲਏ ਕਿੰਨਾ ਕੁ ਸੌਖਾ ਇੱਥੇ ਬੈਠਣਾ। ਅਗਰ ਛੱਬੂ ਬਾਰਡਰ ਖੁੱਲਦਾ ਹੈਗਾ ਫਿਰ ਦਿੱਲੀ ਜਾਓਗੇ? ਸਾਡਾ ਐਲਾਨ ਹੀ ਇਹ ਹੈ ਵੀ ਅਸੀਂ ਦਿੱਲੀ ਹੀ ਜਾਣਾ ਸੀਗਾ, ਇਹਨਾਂ ਨੇ ਕੰਧਾਂ ਕੱਢ ਕੇ ਗੋਲੀਆਂ ਮਾਰ ਕੇ ਰੋਕਿਆ। ਅਸੀਂ ਮੰਗ ਕਰਦੇ ਹਾਂ ਕਿ ਰਸਤਾ ਖੋਲੋ, ਅਸੀਂ ਇੱਥੋਂ ਤੱਕ ਪੀਸਫੁਲੀ ਆਏ ਹਾਂ, ਕਿਸੇ ਦੇ ਇੱਕ ਡਲੀ ਵੀ ਨਹੀਂ ਮਾਰੀ, ਇੱਕ ਡੱਕਾ ਤੱਕ ਨਹੀਂ ਤੋੜਿਆ, ਔਰ ਪੀਸਫੁਲੀ ਜਾਵਾਂਗੇ, ਪੀਸਫੁਲੀ ਲੜਾਂਗੇ। ਇਹ ਰਸਤਾ ਫਿਰ ਕਿਹਨਾਂ ਨੇ ਰੋਕਿਆ ਹੋਇਆ? ਹਰਿਆਣਾ ਸਰਕਾਰ ਨੇ ਕੰਧਾਂ ਕੱਢੀਆਂ, ਉਹ ਸਾਰਿਆਂ ਨੇ ਦੇਖਿਆ, ਔਰ ਕੰਧੀਆਂ ਕੰਧਾਂ ਨਹੀਂ ਕੱਢੀਆਂ ਉਹਨਾਂ ਨੇ, ਸਾਡੇ ਤੇ ਉਹ ਗੋਲੇ ਸਿੱਟੇ ਆ, ਡਰੋਨ ਵਰਤੇ ਆ ਜਿਹੜੇ ਗਾਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਵਰਤਦਾ।